ਕਿਊਬੈਕ ਦੇ ਕਈ ਖੇਤਰਾਂ ਵਿੱਚ ਬਰਫੀਲੇ ਤੂਫਾਨ ਕਰਕੇ ਕਾਫੀ ਨੁਕਸਾਨ ਹੋਇਆ, ਜਿੱਥੇ ਕਿ ਲੱਖਾਂ ਘਰ ਅਜਿਹੇ ਸਨ ਜਿੱਥੇ ਕਿ ਬਿਜਲੀ ਚਲੀ ਗਈ। ਕਿਊਬੈਕ ਦੇ ਬਿਜਲੀ ਵਿਭਾਗ ਹਾਈਡਰੋ ਕਿਊਬੈਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਉਹਨਾਂ ਦੀਆਂ ਟੀਮਸ ਲਗਾਤਾਰ ਕੰਮ ਕਰਨ 'ਚ ਲੱਗੀਆਂ ਹੋਈਆਂ ਨੇ ਤਾਂ ਕਿ ਬਿਜਲੀ ਦੀ ਮੁਰੰਮਤ ਕੀਤੀ ਜਾ ਸਕੇ ਅਤੇ ਮੁੜ ਤੋਂ ਬਿਜਲੀ ਆ ਸਕੇ। 2 ਲੱਖ ਦੇ ਕਰੀਬ ਗ੍ਰਾਹਕ ਅਜਿਹੇ ਸਨ ਵੀਰਵਾਰ ਦੀ ਸ਼ਾਮ ਤੱਕ ਜੋ ਕਿ ਬਿਜਲੀ ਬਗੈਰ ਸਨ, ਜੋ ਕਿ ਪ੍ਰਭਾਵਿਤ ਹੋਏ ਬਿਜਲੀ ਜਾਣ ਦੇ ਕਰਕੇ, ਜਿੱਥੇ ਕਿ ਕਈ ਥਾਵਾਂ 'ਤੇ ਵੈੱਟ ਸਨੋਅ ਹੋਈ ਅਤੇ ਕਈ ਥਾਵਾਂ 'ਤੇ ਭਾਰੀ ਬਰਫ਼ਬਾਰੀ ਅਤੇ ਕਈ ਥਾਵਾਂ 'ਤੇ ਤੇਜ਼ ਹਵਾ ਲਗਾਤਾਰ ਚੱਲ ਰਹੀ ਸੀ, ਜਿਸ ਕਰਕੇ ਨੁਕਸਾਨ ਹੋਇਆ। ਦਰਖਤ ਕਈ ਥਾਵਾਂ 'ਤੇ ਡਿੱਗ ਗਏ, ਜਿਸ ਦੇ ਨਾਲ ਤਾਰਾਂ ਵੀ ਡਿੱਗ ਗਈਆਂ ਅਤੇ ਬਿਜਲੀ ਦੇ ਖੰਭੇ ਵੀ ਪ੍ਰਭਾਵਿਤ ਹੋਏ। ਇਸ ਕਰਕੇ ਬੁੱਧਵਾਰ ਦੀ ਸ਼ਾਮ ਨੂੰ ਕਾਫ਼ੀ ਗਿਣਤੀ ਵਿੱਚ ਲੋਕ ਅਜਿਹੇ ਸਨ ਜੋ ਬਿਜਲੀ ਤੋਂ ਬਗੈਰ ਸਨ ਅਤੇ ਵੀਰਵਾਰ ਦੀ ਦੁਪਹਿਰ ਤੱਕ 20 ਲੱਖ ਤੋਂ ਵੱਧ ਵਿਅਕਤੀ ਬਿਜਲੀ ਬਗੈਰ ਸਨ। ਜਿਸ ਬਾਰੇ ਹਾਈਡਰੋ ਕਿਊਬੈਕ ਦੇ ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਦੀ ਦੁਪਹਿਰ ਨੂੰ ਵੀ 1304 ਅਜਿਹੀਆਂ ਥਾਵਾਂ ਸਨ ਜਿੱਥੇ ਕਿ ਲੋਕ ਬਿਜਲੀ ਬਗੈਰ ਸੀ। ਖਾਸ ਤੌਰ 'ਤੇ ਲੋਰੈਂਟੇਰੀਅਨਸ ਦੇ ਵਿੱਚ 50,000 ਤੋਂ ਵੱਧ ਗ੍ਰਾਹਕ ਬਿਜਲੀ ਬਗੈਰ ਸਨ। ਮੌਂਟਰੀਅਲ ਦੇ ਵਿੱਚ 13,000 ਤੋਂ ਵੱਧ, ਜੋ ਕਿ ਵੀਰਵਾਰ ਦੀ ਸ਼ਾਮ ਨੂੰ ਹਨੇਰੇ ਦੇ ਵਿੱਚ ਰਹਿਣ ਲਈ ਮਜਬੂਰ ਸਨ ਕਿਉਂਕਿ ਬਿਜਲੀ ਜਿੱਥੇ ਮੁਰੰਮਤ ਸਮੇਂ ਸਿਰ ਨਹੀਂ ਹੋ ਸਕੀ, ਪਰ ਲਗਾਤਾਰ ਅਧਿਕਾਰੀ ਮੁਰੰਮਤ ਦਾ ਕੰਮ ਕਰਨ ਲੱਗੇ ਹੋਏ ਨੇ, ਜਿਸ ਬਾਰੇ ਹਾਈਡਰੋ ਕਿਊਬੈਕ ਦੇ ਅਧਿਕਾਰੀਆਂ ਨੇ ਕਿਹਾ, ਜਿਨ੍ਹਾਂ ਕਿਹਾ ਕਿ ਉਹਨਾਂ ਦੇ 1200 ਕਾਮੇ ਛੇਤੀ ਨਾਲ ਬਿਜਲੀ ਦੀ ਮੁਰੰਮਤ ਕਰਨ ਦੇ ਵਾਸਤੇ ਲੱਗੇ ਹੋਏ ਨੇ। ਕਲੋਨਾ ਵਿੱਚ ਕੇਤਨ ਸ਼ਰਮਾ ਨਾਮਕ ਇਹ ਵਿਅਕਤੀ ਲਾਪਤਾ ਹੈ, ਜਿਸ ਨੂੰ ਲੱਭਣ ਵਾਸਤੇ ਸਹਿਯੋਗ ਮੰਗਿਆ ਜਾ ਰਿਹਾ ਹੈ। ਮਾਰਚ 1, 2024 ਤੋਂ ਇਹ ਲਾਪਤਾ ਹੈ, ਜਿਸ ਨੇ ਆਖਰੀ ਵਾਰ ਮਾਰਚ 1 ਨੂੰ ਆਪਣੇ ਇੱਕ ਦੋਸਤ ਦੇ ਨਾਲ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਮਿਲਣ ਦੇ ਲਈ ਸਰੀ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਕਿ ਮਾਰਚ 1 ਨੂੰ ਉਹ ਫੋਰਟ ਨੈਲਸਨ ਖੇਤਰ ਵਿੱਚ ਵੀ ਸੀ, ਜਿਸ ਦੇ ਕੋਲ ਕੋਈ ਵਾਹਨ ਨਹੀਂ ਹੈ ਅਤੇ ਨਾ ਫੋਰਟ ਨੈਲਸਨ ਖੇਤਰ ਵਿੱਚ ਉਸਨੂੰ ਕੋਈ ਜਾਣਨ ਵਾਲਾ ਹੈ। ਇਹ ਜਾਪ ਰਿਹਾ ਹੈ ਜਿੱਥੇ ਉਹ ਕੰਮ ਲੱਭਣ ਗਿਆ ਹੋ ਸਕਦਾ ਹੈ, ਜਿਸ ਦੇ ਬਾਰੇ ਉਸਦੇ ਦੋਸਤਾਂ ਅਤੇ ਨਾਲ ਹੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਬੇਹੱਦ ਚਿੰਤਤ ਨੇ, ਕਿਉਂਕਿ ਪਹਿਲਾਂ ਕਦੀ ਅਜਿਹਾ ਨਹੀਂ ਹੋਇਆ ਕਿ ਇੰਨੇ ਸਮੇਂ ਵਾਸਤੇ ਉਸਨੇ ਕਿਸੇ ਨਾਲ ਸੰਪਰਕ ਨਾ ਕੀਤਾ ਹੋਵੇ। ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਸਾਊਥ ਏਸ਼ੀਅਨ ਹੈ, 5 ਫੁੱਟ 10 ਇੰਚ ਦੇ ਨੇੜੇ ਉਸਦਾ ਕੱਦ ਹੈ, 145 ਪੌਂਡ ਦੇ ਨੇੜੇ ਭਾਰ ਹੈ, ਜਿਸ ਦੀ ਕਿ ਗੂੜੀ ਦਾੜੀ ਵੀ ਹੈ ਅਤੇ ਉਹ ਐਨਕ ਵੀ ਪਾਉਂਦਾ ਹੈ। ਜਿਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਕਲੋਨਾ RCMP ਨਾਲ 250-762-3300 'ਤੇ ਫੋਨ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਰਾਈਡ ਅਲੋਂਗ ਚਾਈਲਡ ਬਾਈਕ ਸੀਟ ਮਾਰਕੀਟ ਵਿੱਚੋਂ ਵਾਪਸ ਮੰਗਵਾਈ ਗਈ ਹੈ, ਜਿਸ ਬਾਰੇ ਚੇਤਾਵਨੀ ਦਿੱਤੀ ਗਈ ਹੈ ਕਿ ਕੈਮੀਕਲ ਦੀ ਮੌਜੂਦਗੀ ਕਰਕੇ ਖਤਰਨਾਕ ਹੋ ਸਕਦੀ ਹੈ। ਜਿਸ ਦੇ ਬਾਰੇ ਦੱਸਿਆ ਗਿਆ ਕਿ ਤੁਰੰਤ ਰਾਈਡ ਅਲੋਂਗ ਸੀਟ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਜਾਵੇ ਅਤੇ ਥਿਊਲ ਗਰੁੱਪ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਇਹ ਸੀਟ ਹੈ, ਜਿਨ੍ਹਾਂ ਨੂੰ ਇਹ ਵਾਪਸ ਵੀ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਥਾਂ ਦੇ ਉੱਤੇ ਕੁਝ ਹੋਰ ਵੀ ਲਿਆ ਜਾ ਸਕਦਾ ਹੈ। ਜਿਸ ਬਾਰੇ ਦੱਸਿਆ ਗਿਆ ਕਿ ਥਿਊਲ ਰਾਈਡ ਅਲੋਂਗ ਚਾਈਲਡ ਬਾਈਕ ਸੀਟ ਹੈ, ਜੋ ਪ੍ਰੋਡਕਟ ਦਾ ਨੰਬਰ ਹੈ, ਮਾਡਲ ਨੰਬਰ ਹੈ, ਸੀਰੀਅਲ ਨੰਬਰ ਹੈ ਅਤੇ ਡੇਟ ਕੋਡ ਹੈ, ਉਹ ਸਿਲਵਰ ਲੇਬਲ ਦੇ ਉੱਤੇ ਲਿਖੇ ਹੋਏ ਨੇ ਬ੍ਰੈਕਟ ਦੇ ਵਿੱਚ, ਜੋ ਕਿ ਸੀਟ ਦੇ ਹੇਠਾਂ ਲਿਖੇ ਹੋਏ ਨੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ਜੋ ਮਾਡਲ ਨੰਬਰ ਹੈ ਉਹ 100107 ਹੈ ਅਤੇ ਜੋ ਸੀਰੀਅਲ ਨੰਬਰ ਹੈ ਉਹ, ਜੋ ਸਿਹਤ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਰੀਕੋਲ ਸਾਂਝਾ ਕੀਤਾ ਗਿਆ, ਉਸ ਦੇ ਉੱਤੇ ਪੂਰੀ ਵਿਸਥਾਰ ਦੇ ਵਿੱਚ ਜਾਣਕਾਰੀ ਲਿਖੀ ਹੋਈ ਹੈ ਜੋ ਤੁਸੀਂ ਦੇਖ ਸਕਦੇ ਹੋ। ਸਿਹਤ ਵਿਭਾਗ ਨੇ ਕਿਹਾ ਕਿ ਇਸ ਵਿੱਚ ਡੀ ਕਾਰਬੋ ਮੋਡੀਫਿਨੀਲ ਈਥਰ ਦੀ ਮੌਜੂਦਗੀ ਹੋ ਸਕਦੀ ਹੈ, ਜੋ ਕਿ ਖਤਰਨਾਕ ਹੈ, ਜੋ ਬੱਚਿਆਂ ਦੇ ਲਈ ਵੀ ਖਤਰਨਾਕ ਹੈ ਅਤੇ ਜੇਕਰ ਬੱਚਿਆਂ ਦੇ ਅੱਖਾਂ ਜਾਂ ਫਿਰ ਚਮੜੀ ਦੇ ਸੰਪਰਕ ਵਿੱਚ ਇਹ ਕੈਮੀਕਲ ਆਉਂਦਾ ਹੈ ਤਾਂ ਉਹਨਾਂ ਦੇ ਲਈ ਇਹ ਜ਼ਹਿਰੀਲਾ ਵੀ ਹੈ। 20 ਮਾਰਚ 2024 ਤੱਕ ਤਾਂ ਕੰਪਨੀ ਨੂੰ ਇਸ ਕਰਕੇ ਕਿਸੇ ਵੀ ਨੁਕਸਾਨ ਹੋਣ ਦੇ ਬਾਰੇ ਕੋਈ ਸ਼ਿਕਾਇਤ ਕੈਨੇਡਾ ਜਾਂ ਅਮੈਰੀਕਾ ਤੋਂ ਨਹੀਂ ਆਈ, ਪਰ ਫਿਰ ਵੀ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਵੀ ਤੁਰੰਤ ਬੰਦ ਕਰ ਦਿੱਤੀ ਜਾਵੇ ਅਤੇ ਇਸ ਨੂੰ ਵਾਪਸ ਕਰ ਦਿੱਤਾ ਜਾਵੇ। ਸਸਕੈਚਵਨ ਵਿੱਚ ਜ਼ਹਿਰੀਲੇ ਨਸ਼ੇ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧੀ ਹੈ, ਜਿਸ ਕਰਕੇ ਅਧਿਕਾਰੀਆਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇੱਕ ਤਾਜ਼ਾ ਰਿਪੋਰਟ ਸਸਕੈਚਵਨ ਕੋਰਨੋਰ ਸਰਵਿਸ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ 26 ਜਣਿਆਂ ਦੀ ਮੌਤ ਹੋਈ ਹੈ ਜ਼ਹਿਰੀਲੇ ਨਸ਼ੇ ਕਰਕੇ ਜਨਵਰੀ ਮਹੀਨੇ ਤੋਂ ਮਾਰਚ ਮਹੀਨੇ ਦਰਮਿਆਨ ਇਸੇ ਸਾਲ, ਜਿਸ ਵਿੱਚ ਉਹਨਾਂ ਨੇ ਕਿਹਾ ਕਿ 87 ਮੌਤਾਂ ਦੇ ਹੋਰ ਸ਼ੱਕੀ ਅਜਿਹੇ ਮਾਮਲੇ ਨੇ ਜੋ ਇਸੇ ਕਰਕੇ ਹੋਈਆਂ ਹੋ ਸਕਦੀਆਂ ਨੇ, ਜਿੱਥੇ ਕਿ ਰਜਾਇਨਾ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਸਾਹਮਣੇ ਆਈ ਹੈ। ਦੱਸਿਆ ਗਿਆ ਕਿ 16 ਮੌਤਾਂ ਰਜਾਇਨਾ ਦੇ ਵਿੱਚ ਹੋਈਆਂ ਨੇ ਅਤੇ 6 ਮੌਤਾਂ ਸਸਕਾਤੂਨ ਦੇ ਵਿੱਚ ਹੋਈਆਂ ਨੇ, ਜਿੱਥੇ ਕਿ ਜ਼ਿਆਦਾਤਰ ਮ੍ਰਿਤਕ ਮੂਲ ਨਿਵਾਸੀ ਸਨ, ਇਹ ਵੀ ਜਾਣਕਾਰੀ ਦੱਸੀ ਗਈ ਹੈ, ਅਤੇ ਨਾਲ ਹੀ ਫੈਂਟਨਲ ਵਰਗੇ ਨਸ਼ੇ ਲੈਣ ਦੇ ਕਰਕੇ ਉਹਨਾਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਉਮਰ 20-50 ਸਾਲ ਦੇ ਦਰਮਿਆਨ ਸੀ ਅਤੇ ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਸੀ, ਇਹ ਵੀ ਅਧਿਕਾਰੀਆਂ ਨੇ ਦੱਸਿਆ। ਇੱਥੇ ਜ਼ਿਕਰਯੋਗ ਹੈ ਕਿ ਸਸਕੈਚਵਨ ਵਿੱਚ ਜ਼ਹਿਰੀਲੇ ਨਸ਼ੇ ਅਤੇ ਨਾਲ ਹੀ ਓਵਰਡੋਜ਼ ਦੇ ਕਰਕੇ ਸਾਲ 2023 ਵਿੱਚ 484 ਜਣਿਆਂ ਦੀ ਮੌਤ ਹੋਈ ਸੀ।
नशा करके गड्डी चलाउण वालियां ते पुलिस की सख्त कार्रवाई जारी है। ब्रिटिश कोलंबिया विच वेस्ट शोर RCMP ने दस्या कि जनवरी 1 तो मार्च 31 तक उन्होंने 53 नशा करके वाहन चलाउण वाले ड्राइवरां नूं सड़क तो हटाया, जिन्हां उत्ते केस भी दर्ज किए गए ने, जिन्हां विचों 4 जणियां दे उत्ते तां क्रिमिनल कोड अधीन केस दर्ज किए गए ने। पुलिस मुताबक पिछले साल की तुलना मुताबक इसे समय दरमियान 17% तक अजिहे ड्राइवरां की गिनती वधी है जो नशा करके वाहन चला रहे सी, जिन्हां नूं काबू भी किया गया ते केस भी दर्ज किए गए। पुलिस ने कहा कि 53 विचों 19 जने मार्च महीने ही काबू किए गए, जिन्हां कहा कि वो स्थाई बनाने की कोशिश करते हैं कि सड़कां सुरक्षित रहन, ते वो उन्हां नागरिकां दा भी धन्नवाद करते हैं जो अजिहे ड्राइवरां दे बारे पुलिस कोल शिकायत भी करते हैं, जिन्हां कहा कि सड़क ते जेकर तुहानूं किते भी कोई खराब तरीके नाल गड्डी चलाउंदा दिखाई दिंदा है तां तुरंत 911 करके पुलिस नूं जानकारी जरूर दित्ती जा सकदी है। चिलावैक विच BC हाईवे पेट्रोल ऑफिसर्स ने एक नीली ऑडी ते एक किराए ते लई होई काले रंग दी पोर्शे जब्त कीती। जदों मार्च 30, 2024 नूं दोपहर 3 बजे हाईवे 1 ते गड्डियां 200 तों वी वध रफ्तार ते चलाईयां जा रहीयां सन। 100 किलोमीटर प्रति घंटे की रफ्तार वाली जोन विच दोवें गड्डियां दे ड्राइवरां नूं नियमां दी उलंघना कीते जाण दे लई टिकट्स भी दित्तियां गईयां ते होर कार्रवाई भी हुई। अधिकारियों ने कहा कि उसे दिन चिलावैक खेतर विच ही 2 होर ड्राइवरां नूं भी काबू किया गया जो सड़की नियमों की उलंघना कर रहे सन, जिन्हां उत्ते 3 दिन के लिए बैन भी लाया गया वाहन चलाउण ते, 3 दिन के लिए उन्हां दे वाहन भी जब्त किए गए।